ਨੈਟਫਲਿਕਸ ਨੇ ਬਿਨਾ ਕੋਈ ਪ੍ਰਮੋਸ਼ਨ ਤੋਂ ਬਿਨਾ ਕੋਈ ਹਾਈਪ ਤੋਂ ਇੱਕ ਪੰਜਾਬੀ ਕ੍ਰਾਈਮ ਸੀਰੀਜ਼ ਰਿਲੀਜ਼ ਕਰੀ ਹੈ ਜਿਹਨੂੰ ਦੇਖਣਾ ਨਾ ਦੇਖਣਾ ਖੈਰ ਤੁਹਾਡੀ ਮਰਜ਼ੀ ਹੈ ਬਟ ਉਹਦੇ ਬਾਰੇ ਗੱਲ ਕਰਨੀ ਜ਼ਰੂਰ ਬਣਦੀ ਹੈ ਆ ਵੈਬ ਸੀਰੀਜ਼ ਦਾ ਨਾਮ ਆ ਕੋਰਾ ਪਹਿਲੀ ਗੱਲ ਤਾਂ ਉਹੀ ਕੋਰਾਗਾ ਜਿਹੜੇ ਬੱਬੂ ਮਾਨ ਨੇ ਆਪਦੇ ਗਾਣੇ ਚ ਗਾਇਆ ਸੀ ਉਹ ਤੋ ਕੋਰਾ ਵਰਦਾ ਨਹੀਂ ਕੋਈ ਆਸ਼ਿਕ ਠਰਦਾ ਸੋ 6 ਐਪੀਸੋਡ ਦੀ ਇਹ ਵੈਬ ਸੀਰੀਜ਼ ਇੱਕ ਐਨ ਆਰ ਆਈ ਮੁੰਡੇ ਦੀ ਗੱਲ ਕਰਦੀ ਹੈ ਜਿਹੜਾ ਬੰਦਾ ਵਿਆਹ ਕਰਾਉਣ ਪੰਜਾਬ ਆਉਂਦਾ ਐਂਡ ਪੰਜਾਬ ਚ ਆ ਕੇ ਉਹਦਾ ਕਤਲ ਹੋ ਜਾਂਦਾ। ਇਹ ਕਤਲ ਦੇ ਪਿੱਛੇ ਕੌਣ ਆ ਇਹ ਕੇਸ ਦੀ ਤਫਤੀਸ਼ ਕਰਦੇ ਨੇ ਸੁਬਿੰਦਰ ਵਿੱਕੀ ਐਂਡ ਬਰਨ ਸੋਭਤੀ। ਐਂਡ ਇਹ ਦੋ ਬੰਦੇ ਹੀ ਪੂਰੇ ਸ਼ੋਅ ਦੀ ਜਾਣ ਨੇ। ਜੇ ਤਾਂ ਤੁਸੀਂ ਇਹ ਸ਼ੋਅ ਨੂੰ ਸਿਰਫ ਇੱਕ ਕੇਸ ਦੇ ਨਜ਼ਰੀਏ ਤੋਂ ਦੇਖਣ ਲੱਗ ਗਏ ਤਾਂ ਤਾਂ ਸਿਰਫ ਤੁਹਾਨੂੰ ਹੋ ਸਕਦਾ ਇਹ ਸ਼ੋਅ ਤੁਹਾਨੂੰ ਸੁਨੋ ਵੀ ਲੱਗੇ। ਪਰ ਜੇ ਤੁਸੀਂ ਇਹ ਦੋਏ ਕੈਰੈਕਟਰਸ ਦੀ ਲਾਈਫ ਜੋ ਇਨਟਰੋਸਪੈਕਟ ਕਰਨ ਨੂੰ ਮਿਲਦੀ ਆ ਪੁਲਿਸ ਆਫੀਸਰਸ ਦੀ ਸੀਰੀਜ਼ ਦੇ ਵਿੱਚ ਤਾਂ ਇਹ ਸ਼ੋਅ ਦੇ ਵਿੱਚ ਦੇਖਣ ਨੂੰ ਬਹੁਤ ਜ਼ਿਆਦਾ ਖੁਸ਼ ਆਗਾ। ਸ਼ੋਅ ਦੇ ਜਿਹੜੇ ਡਾਇਲੌਗ ਨੇਗੇ ਉਹ ਥੋੜੇ ਜਿਹਾ ਵਲਗੈਰਿਟੀ ਵਾਲੇ ਨੇ ਗਾਲਾਂ ਗੋਲਾਂ ਬਹੁਤ ਕੱਢੀਆਂ ਗਈਆਂ ਨੇ ਸੋ ਫੈਮਿਲੀ ਨਾਲ ਬੈਠ ਕੇ ਦੇਖਣ ਵਾਲਾ ਸ਼ੋਅ ਤਾਂ ਇਹ ਨਹੀਂ ਹੈਗਾ ਪਰ ਹਾਂ ਇਨਟਰੋਸਪੈਕਟ ਕਰਨ ਨੂੰ ਤੁਹਾਨੂੰ ਬਹੁਤ ਮਿਲੂਗਾ 6 ਐਪੀਸੋਡ ਤੁਹਾਨੂੰ ਬੰਨ੍ਹ ਕੇ ਰੱਖ ਦਿੰਦੇ ਨੇ ਗ੍ਰਿਪਿੰਗ ਜੀ ਵੈਬ ਸੀਰੀਜ਼ ਹੈਗੀ ਲਾਸਟ ਟਾਈਮ ਮੈਂ ਜਦੋਂ ਦੇਖੀ ਸੀ ਦਹਾੜ ਵੈਬ ਸੀਰੀਜ਼ ਐਂਡ ਪਤਾਲ ਲੋਕ ਦੇ ਵਿੱਚ ਜਿਹੜਾ ਜੈਦੀਪ ਦਾ ਕੈਰੇਕਟਰ ਆ ਇੱਕ ਪੁਲਿਸ ਆਫੀਸਰ ਦੀ ਲਾਈਫ ਦੇ ਵਿੱਚੋਂ ਕੰਢ ਕੇ ਲੈ ਆਏ ਸੀਗੇ ਸੋ ਉਹੀ ਚੀਜ਼ ਹੈ ਵੈਬ ਸੀਰੀਜ਼ ਦੇ ਵਿੱਚ ਹੈਗੀ ਸੁਵਿੰਦਰ ਵਿੱਕੀ ਐਂਡ ਬਰुण ਸੋਭਤੀ ਨੇ ਸਿਰਾ ਲਾਇਆ ਬਰुण ਸੋਭਤੀ ਜਿਹਨੂੰ ਆਪਾਂ ਰੀਸੈਂਟਲੀ ਅਸਲ 2 ਦੇ ਵਿੱਚ ਦੇਖਿਆ ਸੀ ਸੋ ਇਹ ਦੋਵੇਂ ਬੰਦੇ ਪੂਰੇ ਸ਼ੋਅ ਦੀ ਜਾਨ ਨੇ ਕਾਫੀ ਵਧੀਆ ਸ਼ੋਅ ਲੱਗਿਆਗਾ ਵਰਥ ਇਟ ਟਗਾ ਤੁਸੀਂ ਟਰਾਈ ਕਰ ਸਕਦੇ ਹੋ Netflix ਦੇ ਉੱਪਰ ਬਾਕੀ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਹੋਰ ਮੂਵੀਜ਼ ਲਈ ਵੈਬ ਸੀਰੀਜ਼ ਲਈ ਡਿਜੀਟਲ ਕੰਟੈਂਟ ਲਈ ਪੁਲਰਗਲਿਕਸ ਨੂੰ ਜਰੂਰ ਸਬਸਕ੍ਰਾਈਬ ਕਰਿਓ